ಸಾಲ ಕಲಿ ಕಟ್ಟರಾಸ ਹਾਂਜੀ
अजय नहीं शक्ति बस रही है अजय नहीं ना ना सर पाल भोलिए वाले का लिखा गीत इस जग विच दस्त बनाने की शेर जिदा दिल चाहिए चौथे तो भाजी दिओ जी मैंने रहना चाहिए हाँ जी पाल भोलिए वाले का लिखा गीत असी कैसट की थी 2012 के मूवी रिलीज हुई थी उसके पाल भोलिए वाले ने लिखा सी बाकी तुम सुन पता लगता पता मुड़के ना कर माजा में की कहते पता नहीं लगता हाँ जी ठीक है हाँ
ਕਿਹਦਾ ਰੱਖਦਾ ਸਕਾਰੇ ਦੀ ਉਹ ਗਾਲ ਅੰਗਲ ਦੀ ਚਮਚਮ ਮੈਨੂੰ ਮਿਲੇਗੀ ਨੀ ਕੁੜੀ ਵਾਂਗੂ ਪੈਸਾ ਦਾਈਦਾ ਮਸ਼ਹੂਰ ਆਰੇ ਹੋਏ ਲਛਮਣ ਦੇ ਉਹਨਾਂ ਤੋਂ ਸਾਡੇ ਵੱਡੇ ਭਾਅ ਜੀ ਛਿੰਦਰ ਆਰੇ ਵਾਲੇ ਉਹਨਾਂ ਵੱਲ ਬਹੁਤ ਸਾਰਾ ਇਨਾਮ ਤਹਿ ਦਿਲ ਤੋਂ ਤੁਹਾਡੀ ਮਿਹਰਬਾਨੀ ਸ਼ੁਕਰੀਆ। ਤੁਹਾਨੂੰ ਵੀ ਹੁਣੇ ਮੁਬਾਰਕਾਂ ਅਸੀਂ ਤਾਂ ਪਹਿਲਾਂ ਸਾਰੇ ਪਰਿਵਾਰ ਨੂੰ ਦਿੱਤੇ ਹੋ ਕੀ ਕਰੀਏ ਅੱਛਾ ਭਾਅ ਜੀ ਉਹਨਾਂ ਦਾ ਕੀ ਨਾਮ ਤਾਂ ਦੱਸੋ। ਹਾਂਜੀ ਮੋਹਨ ਸਿੰਘ ਉਹਨਾਂ ਵੱਲੋਂ ਬਹੁਤ ਸਾਰਾ ਇਨਾਮ ਸਰਦਾਰ ਮੋਹਨ ਸਿੰਘ ਜੀ ਅੱਛਾ ਅਭੀ ਆ ਗਏ ਤੁਸੀਂ ਜੱਗੇ ਭਾਅ ਜੀ ਵੀਡੀਓ ਦੇ ਵਿੱਚ ਤਾਂ ਭਾਅ ਜੀ ਨੇ ਗਾਇਡ ਕਰ ਲਿਆ ਵੀ ਕਿੰਨੀਆਂ ਕੁ ਤੁਹਾਨੂੰ ਮੁਬਾਰਕਾਂ ਰਿਸ਼ਤੇਦਾਰਾਂ ਨੂੰ ਭੈਣਾਂ ਭਰਾਵਾਂ ਨੂੰ ਦਿੱਤੀਆਂ ਉਹ ਤੁਸੀਂ ਬਾਅਦ 'ਚ ਦੇਖਣੀਆਂ ਪਰ ਸਾਡੇ ਵੱਲੋਂ ਬਹੁਤ ਸਾਰੀਆਂ ਇਸ ਪਰਿਵਾਰ ਨੂੰ ਬਹੁਤ ਸਾਰੀਆਂ ਲੱਖ ਲੱਖ ਮੁਬਾਰਕਾਂ ਤਹਿ ਦਿਲੋਂ ਤੁਹਾਡੀ ਮਿਹਰਬਾਨੀ ਸ਼ੁਕਰੀਆ ਜੀ। ਹੁਣ ਸ਼ੁਰੂ ਕਰ ਲੱਗੇ ਭਾਅ ਜੀ ਹਾਂਜੀ ਉੱਥੇ ਆਉਣ ਲੱਗਾ ਕਰਤਾ ਕੰਮ ਪੰਜਾਬ ਦਾ ਹੋ ਗਿਆ ਪਤਾ ਪਤਾ ਉਹ ਕਿੰਨੀ ਕਹੂਦੀ ਹਾਂਜੀ ਇੱਕ ਡਾਂਦਾ ਸੁਣ ਕੇ ਗੌਰ
ਮੇਚ ਚੰਗਾ ਲੱਗਦਾ ਨੀ ਜੱਬ ਚੰਗਾ ਲੱਗਦਾ ਜਦੋਂ ਪੀਤੀ ਹੋਵੇ ਉਦੋਂ ਰੱਬ ਚੰਗਾ ਲੱਗਦਾ ਮੇਚ ਚੰਗਾ ਲੱਗਦਾ ਨੀ ਜੱਗ ਚੰਗਾ ਲੱਗਦਾ ਆ ਜੱਗ ਜਿਉਂਦਿਆਂ ਦੀ ਮਿਲੀ ਤਾਂ ਹੀ ਆਪਾਂ ਇੱਥੇ ਇਹ ਜੱਗ ਦੁਨੀਆਂ ਇੱਕ ਪਰਮਾਤਮਾ ਦਾ ਜੱਗ ਇਹ ਜੱਗ ਤਾਂ ਚੰਗਾ ਲੱਗਦਾ ਇਹਨਾਂ ਨੇ ਆਪਾਂ ਨੂੰ ਸਾਰੀ ਜ਼ਿੰਦਗੀ ਰੋਟੀ ਦੇਣੀ ਇਸ ਜੱਗ ਨੇ ਸਾਰੀ ਜ਼ਿੰਦਗੀ ਆਪਾਂ ਨੂੰ ਰੋਟੀ ਦੇਣੇ ਆ ਤੇਰੇ ਨੰਨੇ ਮੁੰਨੇ ਜੇ ਬੱਚੇ ਸਾਰੇ ਇਹਨਾਂ ਨੇ ਦਿਓਗੇ ਤੇ ਦੂਜਾ ਜੱਗ ਆਹ ਜਿਹੜਾ ਬਾਈ ਫਿਰਦਾ ਜਸਕਰਨ ਇਹ ਸ਼ਾਮਾਂ ਵੇਲੇ ਚੰਗਾ ਲੱਗਦਾ ਹੈ ਜਦੋਂ ਕਰਾਰਾ ਭੁੱਲੀਆਂ ਲੱਗੇ ਪਿਆ ਵੀ ਇਸ ਜੱਗ ਦੀ ਦੋਨਾਂ ਜੱਗਾਂ ਦੀ ਗੱਲ ਕਰੋਗੇ ਸਾਡੇ ਭਰਾ ਮੇਚ ਚੰਗਾ ਲੱਗਦਾ ਤੇ ਜੱਗ ਚੰਗਾ ਲੱਗਦਾ ਜਦੋਂ ਪੀਤੀ ਹੋਵੇ ਉਦੋਂ ਰੱਬ ਚੰਗਾ ਲੱਗਦਾ ਮੇਚ ਚੰਗਾ ਲੱਗਦਾ ਨੀ ਜੱਗ ਚੰਗਾ ਲੱਗਦਾ ਹੁਣ ਭਾਜੀ ਗੁੱਸਾ ਆ ਰਿਹਾ ਭਾਈ ਸ਼ਾਇਦ ਮੈਂ ਗੁੱਸੇ ਜਿਹੜਾ ਵੇਖਣ ਦੇ ਮੇਚ ਚੰਗਾ ਲੱਗਦਾ ਨੀ ਜੱਗ ਚੰਗਾ ਲੱਗਦਾ ਜਦੋਂ ਪੀਤੀ ਹੋਵੇ ਉਦੋਂ ਰੱਬ ਚੰਗਾ ਲੱਗਦਾ ਬਿਨਾਂ ਪੀਤੀ ਦੇ ਲੱਗਣ ਮਾੜੇ 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 ਖਾਰੇ ਥੋੜੀ ਪੀਲਾ ਦੇ ਵਿੱਚ ਪਈ ਗੱਲ ਨਹੀਂ ਇੱਕ ਗੱਲ ਸੁਣਾ ਕੋਈ ਨਹੀਂ ਆਪਣਾ ਪਰਿਵਾਰ ਆ ਇੱਕ ਗੱਲ ਸੁਣਾ ਵੀ ਜੇ ਕਿਤੇ ਇੰਨੇ ਕਰਾਲੇ ਤਾਂ ਮੌਸਮ ਥੋੜੀ ਮਰਦੇ ਦੀ ਆ ਕਿ ਕਿਤੇ ਮਨਾਉਂਦੇ ਤਾਂ ਘਰਦੇ ਕਰਾਉਂਦੇ ਆਪਣੇ ਵਰਗੋ ਨਹੀਂ ਆ ਜੇ ਕਿਤੇ ਤੂੰ ਇੰਨੀ ਕਰਾਲੇ ਤਾਂ ਥੋੜੀ ਜਿਹੀ ਦੇਖਿਆ ਸੀ ਰਸਤਾ ਕਿੱਦਾਂ ਖਰਾਬ ਸੀ ਹੌਲੀ ਹੌਲੀ ਆਉਂਦੇ ਸੀ ਤੇ ਤੂੰ ਥੋੜੀ ਜਿਹੀ ਲਾ ਲੈ ਨਾ ਭੋਂਗਲੇ ਪਰਾਲੇ ਨੂੰ ਸੁੱਕਾ ਪਈ ਜਿੰਨੇ ਨੀ ਪੀਤੀ ਉਹਨੂੰ ਚੌਲ ਦਾ ਪਵਲ ਨੀ ਥੋੜੀ ਪੀਲਾ ਦੇ ਵਿੱਚ ਕੋਈ ਗੱਲ ਭਾਵੇਂ 15 ਮੰਗਾ ਲਾ ਮੈਥੋਂ ਭਾਵੇਂ 15 ਮੰਗਾ ਲੀ ਮੈਥੋਂ ਭਾਵੇਂ 15 ਮੰਗਾ ਲੀ ਮੈਥੋਂ
Yeah.
ਹਾਂਜੀ ਤੁਹਾਡੀ ਸੇਵਾ ਦੇ ਵਿੱਚ ਡੋਟ ਦਰਾਣੇ ਕਈ ਵਾਰੀ ਐਦਾਂ ਹੋ ਜਾਂਦਾ ਵੀ ਪਤਾ ਨਹੀਂ ਲੱਗਦਾ ਪਿੱਛੇ ਵੀ ਮਤਲਬ ਸਮਝ ਨਹੀਂ ਆਉਂਦੀ ਤੁਸੀਂ ਦੱਸ ਦਿਓ ਆਪਾਂ ਤੁਹਾਡੇ ਆਪਣੇ ਖਾਸ ਹੀ ਬੰਦੇ ਆ ਤੁਹਾਡੇ ਭਰਾ ਆ ਤੁਹਾਡੇ ਛੋਟੇ ਆ ਯਾਰ ਐਸੀ ਕੋਈ ਗੱਲ ਨਹੀਂ ਦੱਸ ਦਿਓ ਹਾਂਜੀ
प्रकाश सिंह जी फौजी साहब उन्होंने वालों बहुत सारा धन्यवाद श्रीवाद आशीर्वाद उन्होंने वालों आया सरबजीत उन्होंने वालों बहुत सारा धन्यवाद आशीर्वाद आया पहले धन्यवाद मेहरबानी कर ਸਾਡੇ ਭਾਈ ਜੀ ਗੁਰਮੀਤ ਗੁਰਵਾਲਾ ਜੀ ਜਿਹਨੇ ਵੀ ਗੀਤ ਲਿਖਦੇ ਆ ਜੇ ਮੈਂ ਗਏ ਚਾਹੇ ਮੇਰੇ ਤੋਂ ਪਹਿਲਾਂ ਮੇਰੇ ਭਾਈ ਜੀ ਗਾ ਕੇ ਗਏ ਦਲਵੀਰ ਭੁੰਡਰ ਬਹੁਤ ਸਮੇਂ ਆਰਟਿਸਟ ਸਿੰਗਰ ਉਹਨਾਂ ਨੇ ਵੀ ਗਾਇਆ ਪਰ ਡਿਊਟ ਦਗਾਣੇ ਗੁਰਮੀਤ ਭਾਈ ਨੇ ਅਸੀਂ ਜਦ ਗਾਇਆ ਅਸੀਂ ਇਹਨਾਂ ਨੂੰ ਡੀਡੀ ਪੰਜਾਬੀ ਤੇ ਵੀ ਲੈ ਕੇ ਗਏ ਇਹਨਾਂ ਨੂੰ ਜਿਹੜੀ ਕੰਪਨੀ ਨੇ ਮਤਲਬ ਕਿ ਰਿਲੀਜ਼ ਕੀਤਾ ਸਾਡੇ ਗਰੁੱਪ ਨੂੰ ਸਾਡੇ ਪਰਿਵਾਰ ਨੂੰ ਉਹ ਕੰਪਨੀ ਦੇ ਮਾਲਕ ਵੀ ਸਾਡੇ ਵਿੱਚ ਮੌਜੂਦ ਹੈ ਬਠਿੰਡੇ ਤੋਂ ਅਨਮੋਲ ਐਮ ਐਸ ਅਟਰੈਕ ਕੰਪਨੀ ਦੇ ਮਾਲਕ ਅਨਮੋਲ ਬਠਿੰਡਾ ਜੀ ਮੈਂ ਤੁਹਾਨੂੰ ਧੰਨਵਾਦੀ ਇਹ ਤੁਹਾਡੇ ਸਾਹਮਣੇ ਭੱਟੀ ਸਾਹਿਬ ਬੈਠੇ ਆ ਮਾਦੀ ਵਾਲੇ ਭੱਟੀ ਅੱਜ ਬਹੁਤ ਵਧੀਆ ਇਨਸਾਨ ਵਧੀਆ ਵਧੀਆ ਮਿਲੇ ਮੈਂ ਤੁਹਾਨੂੰ ਧੰਨਵਾਦ ਮਿਹਰਬਾਨੀ ਸ਼ਾਮਿਲ ਤੁਹਾਡੀ ਸਰਵ ਦੇ ਵਿੱਚ ਹਾਜ਼ਰ ਗੁਰਮੀਤ ਭਾਈ ਦਾ ਦਿਖਾ ਦੇਵਾਂਗੀ ਢਗਲੀ ਤੇ ਘੁੰਗਰੂ ਲਵਾਲੇ ਚੰਦ ਗਏ ਹੁਣ ਕੀ ਦੇਖੋ ਜੀ ਅੱਜ ਦੇ ਕੋਲੋਂ ਵਾਲੀ ਕੀ ਹੈ ਢਗਲੀ ਤੇ ਘੁੰਗਰੂ ਲਵਾਲੇ ਚੰਦ ਗਏ ਹੁਣ ਕੀ ਦੇਖੋ ਜੀ ਲਵਾਲੇ ਚੰਦ ਗਏ ਢਗਲੀ ਤੇ ਘੁੰਗਰੂ ਲਵਾਲੇ ਚੰਦ ਗਏ
I'm sorry.
ਪੰਚਾਇਤ ਮੈਂਬਰ ਜੀ ਉਹਨਾਂ ਵੱਲੋਂ ਬਹੁਤ ਸਾਰਾ ਇਨਾਮ ਸ਼੍ਰੀ ਵਾਸਤਵ ਸਾਹਿਬ ਨੂੰ ਧੰਨਵਾਦੀ ਹੈ।